ਦੇਸੀ ਚੈਨਲ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਯਾਨੀ ਸਿਮਰਨ ਹੰਸ ਵੱਲੋਂ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਰਿਵਿਊ ਕਰਨ ਵਾਲੇ ਹਾਂ ਰੀਸੈਂਟਲੀ ਰਿਲੀਜ਼ ਹੋਈ ਫਿਲਮ ਮਜਨੂੰ ਦਾ। ਮਜਨੂੰ ਫਿਲਮ ਜੋ ਕਿ ਪੰਜਾਬੀ ਇੰਡਸਟਰੀ ਦੇ ਵਿੱਚ ਇੱਕ ਰੋਮਾਂਟਿਕ ਫਿਲਮ ਆਈ ਹੈ, ਇੱਕ ਲੰਬੇ ਅਰਸੇ ਤੋਂ ਬਾਅਦ ਇੱਕ ਰੋਮਾਂਟਿਕ ਫਿਲਮ ਸਾਨੂੰ ਵੇਖਣ ਨੂੰ ਮਿਲ ਰਹੀ ਹੈ। ਮਜਨੂੰ ਫਿਲਮ ਸਿਨੇਮਾ ਘਰਾਂ ਦੇ ਵਿੱਚ ਲੱਗ ਚੁੱਕੀ ਹੈ। ਰੀਸੈਂਟਲੀ ਅਸੀਂ ਵੀ ਇਸ ਫਿਲਮ ਨੂੰ ਵੇਖਿਆ ਹੈ। ਸੋ ਵੱਖ ਵੱਖ ਫੈਕਟਰਸ ਦੇ ਅਕੋਰਡਿੰਗ ਅਸੀਂ ਇਸ ਫਿਲਮ ਦਾ ਰਿਵਿਊ ਕਰਾਂਗੇ। ਉਸ ਤੋਂ ਪਹਿਲਾਂ ਦੱਸ ਦਈਏ ਕਿ ਫਿਲਮ ਦੇ ਵਿੱਚ ਲੀਡਿੰਗ ਐਕਟਰਸ ਨੇ ਪ੍ਰੀਤ ਬਾਟ, ਕਿਰਨ ਸ਼ੇਰਗਿੱਲ ਐਂਡ ਸੈਬੀ ਸੂਰੀ। ਸੋ ਇਹ ਤਿੰਨ ਜਿਹੜੇ ਲੀਡ ਐਕਟਰਸ ਨੇ ਸਾਨੂੰ ਫਿਲਮ ਦੇ ਵਿੱਚ ਨਜ਼ਰ ਆ ਰਹੇ ਨੇ। ਹੁਣ ਸਭ ਤੋਂ ਪਹਿਲੇ ਗੱਲ ਕਰਦੇ ਹਾਂ ਫਿਲਮ ਦੀ ਕਹਾਣੀ ਦੀ। ਇਸ ਫਿਲਮ ਦੀ ਕਹਾਣੀ ਨੂੰ ਸਭਾ ਵਰਮਾ ਦੇ ਵੱਲੋਂ ਲਿਖਿਆ ਗਿਆ ਹੈ ਅਤੇ ਫਿਲਮ ਦੀ ਕਹਾਣੀ ਦੇ ਵਿੱਚ ਸਾਨੂੰ ਪਤਾ ਲੱਗਦਾ ਹੈ ਕਿ ਕਿਵੇਂ ਇੱਕ ਪਾਰਟਨਰ ਜਾਂ ਕਹਿ ਲਈਏ ਕਿ ਇੱਕ ਲਵਰ ਜਿਹੜਾ ਕਿਸੇ ਨੂੰ ਪਿਆਰ ਕਰਦਾ ਹੈ, ਉਹ ਦੂਸਰੇ ਲਵਰ ਦੇ ਲਈ ਜਾਂ ਫਿਰ ਜਿਹਨੂੰ ਉਹ ਪਿਆਰ ਕਰਦਾ ਹੈ ਉਹ ਕਿੰਨਾ ਸੈਕਰੀਫਾਈਜ਼ ਕਰ ਸਕਦਾ ਹੈ। ਇਹ ਫਿਲਮ ਰੋਮਾਂਟਿਕ ਹੈ, ਇਮੋਸ਼ਨਲ ਹੈ, ਜਜ਼ਬਾਤ ਦਿਖਾਉਂਦੀ ਹੈ, ਰਿਸ਼ਤੇ ਦਿਖਾਉਂਦੀ ਹੈ, ਰਿਸ਼ਤਿਆਂ ਦੀ ਅਹਿਮੀਅਤ ਦਿਖਾਉਂਦੀ ਹੈ, ਔਰ ਸਭ ਤੋਂ ਵੱਡੀ ਗੱਲ ਪਿਆਰ ਦੀ ਇੰਪੋਰਟੈਂਸ ਹੈ ਜਿਹੜੀ ਉਹ ਦਰਸਾਉਂਦੀ ਹੈ ਕਿ ਸਾਡੀ ਜ਼ਿੰਦਗੀ ਦੇ ਵਿੱਚ ਜਦੋਂ ਕੋਈ ਇਨਸਾਨ ਹੁੰਦਾ ਤਾਂ ਅਸੀਂ ਸ਼ਾਇਦ ਉਹਦੀ ਕਦਰ ਥੋੜ੍ਹੀ ਬਹੁਤ ਘੱਟ ਕਰਦੇ ਹਾਂ, ਲੇਕਿਨ ਕਿਤੇ ਨਾ ਕਿਤੇ ਜਦੋਂ ਉਹ ਵੀ ਕੋਈ ਫੈਸਲੇ ਲੈਂਦਾ ਉਸਦੇ ਪਿੱਛੇ ਵੀ ਕਾਫੀ ਮਜਬੂਰੀਆਂ ਹੁੰਦੀਆਂ ਨੇ। ਅਤੇ ਇੱਕ ਜਿਹੜਾ ਸਭ ਤੋਂ ਖਾਸ ਮੈਸੇਜ ਇਸ ਫਿਲਮ ਤੋਂ ਮਿਲਦਾ ਹੈ ਕਿ ਸੱਚਾ ਪਿਆਰ ਕਦੇ ਵੀ ਮਰਦਾ ਨਹੀਂ ਹੈ, ਟਰੂ ਲਵ ਨੈਵਰ ਡਾਈਜ਼। ਸੋ ਇਹ ਫਿਲਮ ਦੀ ਟੈਗਲਾਈਨ ਵੀ ਹੈ ਅਤੇ ਵਾਕਈ ਫਿਲਮ ਇਸ ਟੈਗਲਾਈਨ ਦੇ ਉੱਤੇ ਖਰੀ ਵੀ ਉਤਰਦੀ ਹੈ। ਅਤੇ ਫਿਲਮ ਦੇ ਵਿੱਚ ਮਜਨੂੰ ਦਾ ਕਿਰਦਾਰ ਨਿਭਾ ਰਹੇ ਪ੍ਰੀਤ ਬਾਟ ਦੇ ਉੱਤੇ ਕਾਫੀ ਸਾਰੀਆਂ ਮਜਬੂਰੀਆਂ ਵੀ ਆਉਂਦੀਆਂ ਨੇ, ਕਾਫੀ ਸਾਰੀਆਂ ਹੈਪਨਿੰਗਸ ਹੁੰਦੀਆਂ ਨੇ। ਫਿਲਮ ਅਪਸ ਐਂਡ ਡਾਊਨਸ ਵੀ ਦਿਖਾਏਗੀ ਔਰ ਪ੍ਰੈਡਿਕਟੇਬਲ ਨਹੀਂ ਹੈ। ਤੁਹਾਨੂੰ ਲੱਗੇਗਾ ਕਿ ਸ਼ਾਇਦ ਫਿਲਮ ਵਿੱਚ ਇਹ ਹੋਏਗਾ ਜਾਂ ਫਿਰ ਤੁਹਾਨੂੰ ਲੱਗੇਗਾ ਕਿ ਕਹਾਣੀ ਸ਼ਾਇਦ ਤੁਸੀਂ ਪ੍ਰੈਡਿਕਟ ਕਰ ਪਾਓਗੇ, ਪਰ ਅਜਿਹਾ ਬਿਲਕੁਲ ਨਹੀਂ ਹੈ। ਫਿਲਮ ਦੇ ਵਿੱਚ ਕਈ ਉਤਾਰ ਚੜਾਵ ਆਉਂਦੇ ਨੇ ਜਿਸ ਦੇ ਨਾਲ ਫਿਲਮ ਕਈ ਰੋਮਾਂਟਿਕ ਫਿਲਮਾਂ ਤੋਂ ਡਿਫਰੈਂਟ ਹੁੰਦੀ ਹੈ ਅਤੇ ਇਮੋਸ਼ਨਸ ਨੂੰ ਥੋੜ੍ਹੀ ਹੋਰ ਡੂੰਘਾਈ ਦੇ ਨਾਲ ਦਿਖਾਉਂਦੀ ਹੈ। ਸਭ ਤੋਂ ਵੱਡੀ ਗੱਲ ਹੈ ਜਦੋਂ ਕੋਈ ਲਵ ਟ੍ਰਾਇੰਗਲ ਦਿਖਾਉਣਾ ਹੁੰਦਾ ਹੈ ਉਦੋਂ ਉਸਦੇ ਵਿੱਚ ਇਮੋਸ਼ਨਸ ਪਾਉਣੇ ਹੋਰ ਵੀ ਜ਼ਿਆਦਾ ਔਖੇ ਹੋ ਜਾਂਦੇ ਨੇ। ਅਤੇ ਹਰ ਲਾਈਕ ਜੇ ਤਿੰਨ ਕੈਰੈਕਟਰਸ ਨੇ ਉਸ ਲਵ ਟ੍ਰਾਇੰਗਲ ਦੇ ਵਿੱਚ, ਹਰ ਕੈਰੈਕਟਰ ਦੇ ਜਜ਼ਬਾਤਾਂ ਨੂੰ ਸ਼ੋਅ ਕਰਨਾ ਇਹ ਕਾਫੀ ਡਿਫੀਕਲਟ ਹੋ ਜਾਂਦਾ ਹੈ, ਲੇਕਿਨ ਇਸ ਕਹਾਣੀ ਦੇ ਵਿੱਚ ਤੁਹਾਨੂੰ ਉਹ ਬਖੂਬੀ ਦਿਖਣਗੇ। ਕਿਸੇ ਦਾ ਸੈਕਰੀਫਾਈਜ਼, ਕਿਸੇ ਦਾ ਪਿਆਰ, ਕਿਸੇ ਦੇ ਇਮੋਸ਼ਨਸ ਤੁਹਾਨੂੰ ਇਮੋਸ਼ਨਲ ਕਰਨਗੇ, ਤੁਹਾਨੂੰ ਇੰਪ੍ਰੈਸ ਕਰਨਗੇ। ਸੋ ਫਿਲਮ ਦੀ ਕਹਾਣੀ ਮਜਨੂੰ ਜੋ ਕਿ ਪ੍ਰੀਤ ਬਾਟ ਨੇ ਪਲੇਅ ਕੀਤਾ ਹੈ, ਸੈਬੀ ਸੂਰੀ ਨੇ ਮਾਹੀ ਦਾ ਕਰੈਕਟਰ ਪਲੇਅ ਕੀਤਾ ਔਰ ਕਿਰਨ ਸ਼ੇਰਗਿੱਲ ਨੇ ਪਲੇਅ ਕੀਤਾ ਪ੍ਰੀਤ ਦਾ ਕਰੈਕਟਰ। ਸੋ ਇਹਨਾਂ ਤਿੰਨਾਂ ਕਰੈਕਟਰਸ ਦੇ ਆਲੇ ਦੁਆਲੇ ਤੁਹਾਨੂੰ ਇਹ ਕਹਾਣੀ ਜਿਹੜੀ ਹੈ ਘੁੰਮਦੀ ਹੋਈ ਨਜ਼ਰ ਆਵੇਗੀ। ਹੁਣ ਗੱਲ ਕਰਦੇ ਹਾਂ ਫਿਲਮ ਦੀ ਸਟਾਰਕਾਸਟ ਦੀ ਅਤੇ ਐਕਟਿੰਗ ਦੀ, ਕਰੈਕਟਰਸ ਦੀ। ਜਿਵੇਂ ਤੁਹਾਨੂੰ ਤਿੰਨ ਕਰੈਕਟਰਸ ਆਲਰੇਡੀ ਦੱਸੇ ਜੋ ਲੀਡਿੰਗ ਕਰੈਕਟਰਸ ਨੇ, ਪ੍ਰੀਤ ਬਾਟ ਨੇ ਮਜਨੂੰ ਦਾ ਕਿਰਦਾਰ ਨਿਭਾਇਆ ਹੈ, ਕਿਰਨ ਸ਼ੇਰਗਿੱਲ ਪ੍ਰੀਤ ਦਾ ਕਿਰਦਾਰ ਨਿਭਾ ਰਹੇ ਨੇ ਔਰ ਸੈਬੀ ਸੂਰੀ ਮਾਹੀ ਦੇ ਕਰੈਕਟਰਸ ਨਜ਼ਰ ਆ ਰਹੇ ਨੇ। ਸੋ ਇਹ ਜਿਹੜੀ ਫਿਲਮ ਹੈ ਇਹਨਾਂ ਤਿੰਨਾਂ ਦੇ ਕਿਰਦਾਰਾਂ ਦੇ ਆਲੇ ਦੁਆਲੇ ਘੁੰਮਦੀ ਹੈ ਅਤੇ ਤਿੰਨਾਂ ਨੇ ਬਖੂਬੀ ਕੰਮ ਕੀਤਾ ਹੈ। ਸੈਕਿੰਡਲੀ ਗੱਲ ਕਰੀਏ ਸਪੋਰਟਿੰਗ ਐਕਟਰਸ ਦੀ ਜਾਂ ਫਿਰ ਕਹਿ ਲਈਏ ਕਿ ਉਹਨਾਂ ਚਿਹਰਿਆਂ ਦੀ ਜਿਨ੍ਹਾਂ ਦੇ ਬਿਨਾਂ ਫਿਲਮ ਅਧੂਰੀ ਹੁੰਦੀ ਹੈ। ਫਿਲਮ ਦੇ ਵਿੱਚ ਸਾਨੂੰ ਮੈਡਮ ਨਿਰਮਲ ਰਿਸ਼ੀ, ਪਦਮ ਸ਼੍ਰੀ ਨਿਰਮਲ ਰਿਸ਼ੀ ਨਜ਼ਰ ਆ ਰਹੇ ਨੇ ਮਜਨੂੰ ਦੀ ਦਾਦੀ ਦਾ ਕਿਰਦਾਰ ਨਿਭਾਉਂਦੇ ਹੋਏ, ਨਾਲ ਹੀ ਸਾਨੂੰ ਮਲਕੀਤ ਰੋਣੀ ਸਾਹਿਬ ਨਜ਼ਰ ਆ ਰਹੇ ਨੇ, ਗੁਰਪ੍ਰੀਤ ਪੰਗੂ ਮੈਮ, ਸ਼ਿਵਿੰਦਰ ਮੱਲ। ਸੋ ਐਡੇ ਵੱਡੇ ਨਾਮ, ਜਦੋਂ ਇੰਡਸਟਰੀ ਦੇ ਇੰਨੇ ਮਜੇ ਹੋਏ ਕਲਾਕਾਰ ਕਿਸੇ ਫਿਲਮ ਦੇ ਨਾਲ ਜੁੜ ਜਾਂਦੇ ਨੇ, ਫਿਲਮ ਆਪਣੇ ਆਪ ਹੀ ਹੋਰ ਜ਼ਿਆਦਾ ਇੰਪੋਰਟੈਂਟ, ਫਿਲਮ ਆਪਣੇ ਆਪ ਹੀ ਹੋਰ ਜ਼ਿਆਦਾ ਸੋਹਣੀ ਹੋ ਜਾਂਦੀ ਹੈ। ਸੋ ਤੀਸਰੀ ਗੱਲ ਕਰਦੇ ਹਾਂ ਫਿਲਮ ਦੇ ਮਿਊਜ਼ਿਕ ਦੀ, ਗੁਰਮੀਤ ਸਿੰਘ ਹੋਰਾਂ ਨੇ ਇਸ ਦੀ ਜ਼ਿੰਮੇਵਾਰੀ ਨੂੰ ਸਾਂਭਿਆ ਹੈ। ਸੋ ਓਬਵੀਅਸਲੀ ਜੋ ਆਪਣੇ ਕੰਮ ਦੇ ਲਈ ਕਈ ਸਾਰੇ ਅਵਾਰਡਸ ਆਪਣੇ ਨਾਮ ਕਰ ਚੁੱਕੇ ਨੇ, ਦੋ ਦਹਾਕਿਆਂ ਤੋਂ ਵੀ ਵੱਧ ਦਾ ਸਮਾਂ ਹੋ ਚੁੱਕਿਆ ਉਹਨਾਂ ਨੂੰ ਇਸ ਫੀਲਡ ਦੇ ਵਿੱਚ, ਅਤੇ ਓਬਵੀਅਸਲੀ ਉਹ ਜਿਹੜਾ ਵੀ ਕੰਮ ਲੈ ਕੇ ਆਉਂਦੇ ਨੇ ਬਾ ਕਮਾਲ ਹੁੰਦਾ ਹੈ। ਅਤੇ ਗੁਰਮੀਤ ਸਿੰਘ ਹੋਰਾਂ ਦੇ ਵੱਲੋਂ ਆਪਣੀ ਇਸ ਜ਼ਿੰਮੇਵਾਰੀ ਨੂੰ ਬਖੂਬੀ ਨਿਭਾਇਆ ਗਿਆ, ਫਿਰ ਚਾਹੇ ਉਹ ਪੰਜਾਬ ਗਾਣਾ ਹੋਵੇ ਜਾਂ ਫਿਰ
ਤੇਲ ਦੇ ਖੂਹ ਗਾਣਾ ਹੋਵੇ, ਹਰ ਗੀਤ ਨੂੰ ਉਹਨਾਂ ਨੇ ਬਖੂਬੀ ਤਿਆਰ ਕੀਤਾ ਹੈ ਅਤੇ ਲੋਕਾਂ ਦੇ ਵੱਲੋਂ ਇਹਨਾਂ ਗੀਤਾਂ ਨੂੰ ਪਸੰਦ ਵੀ ਕੀਤਾ ਜਾ ਰਿਹਾ। ਸੋ ਮਿਊਜ਼ਿਕ ਇੱਕ ਵੱਡਾ ਫੈਕਟਰ ਹੁੰਦਾ ਕਿਸੇ ਵੀ ਫਿਲਮ ਨੂੰ ਹਿੱਟ ਬਣਾਉਣ ਦਾ, ਸੋ ਇਸ ਫਿਲਮ ਦਾ ਮਿਊਜ਼ਿਕ ਕਾਫੀ ਚੰਗਾ। ਸੋ ਅਸੀਂ ਉਮੀਦ ਕਰਦੇ ਹਾਂ ਕਿ ਦਰਸ਼ਕਾਂ ਨੂੰ ਵੀ ਇਹ ਫਿਲਮ ਪਸੰਦ ਆਵੇਗੀ, ਦਰਸ਼ਕ ਵੀ ਫਿਲਮ ਨੂੰ ਪਿਆਰ ਦੇਣਗੇ। ਓਵਰਆਲ ਗੱਲ ਕਰੀਏ ਤਾਂ ਫਿਲਮ ਐਂਟਰਟੇਨਿੰਗ ਹੈ, ਰੋਮਾਂਟਿਕ ਹੈ, ਫਿਲਮ ਦੇ ਵਿੱਚ ਐਕਸ਼ਨ ਹੈ, ਤੁਹਾਨੂੰ ਜ਼ਿਆਦਾ ਓਵਰ ਡਰਾਮਾ ਨਹੀਂ ਦੇਖਣ ਨੂੰ ਮਿਲੇਗਾ, ਬਟ ਇੱਕ ਇਮੋਸ਼ਨਸ ਜਿਹੜੇ ਰੀਪ੍ਰਜ਼ੈਂਟ ਕੀਤੇ ਹੋਏ ਨੇ ਉਹ ਜ਼ਰੂਰ ਵੇਖਣ ਨੂੰ ਮਿਲਣਗੇ ਅਤੇ ਕਿਤੇ ਨਾ ਕਿਤੇ ਫਿਲਮ ਤੁਹਾਨੂੰ ਇਮੋਸ਼ਨਲ ਕਰ ਦੇਵੇਗੀ ਜਾਂ ਫਿਰ ਤੁਹਾਡੇ ਲਵਡ ਵਨਸ ਦੇ ਤੁਹਾਨੂੰ ਹੋਰ ਵੀ ਜ਼ਿਆਦਾ ਕਰੀਬ ਕਰ ਦੇਵੇਗੀ। ਸੋ ਮਜਨੂੰ ਤੁਹਾਡੇ ਨੇੜੇ ਦੇ ਸਿਨੇਮਾ ਘਰਾਂ ਦੇ ਵਿੱਚ ਆ ਚੁੱਕੀ ਹੈ, ਦੇਸੀ ਚੈਨਲ ਰੈਕਮੈਂਡ ਕਰਦੇ ਕਿ ਫਿਲਮ ਤੁਸੀਂ ਵੇਖ ਸਕਦੇ ਹੋ ਜਾ ਕੇ। ਸੋ ਫਿਲਹਾਲ ਦੇ ਲਈ ਮੈਨੂੰ ਯਾਨੀ ਸਿਮਰਨ ਹੰਸ ਨੂੰ ਦਿਓ ਇਜਾਜ਼ਤ, ਤੁਸੀਂ ਜੁੜੇ ਰਹੋ ਦੇਸੀ ਚੈਨਲ ਦੇ ਨਾਲ। ਧੰਨਵਾਦ।